ਅਸਲਾਮ ਵਾਲੇਕੁਮ ਜਨਾਬ, ਵਾਲੇਕੁਮ ਮੁਖਾਤਬਾ, ਪੰਜਾਬੀ ਨਿਊਜ਼ ਕਾ ਸਵਾਲ ਤੋਂ। ਇਸ ਟਾਈਮ ਹੈਗਾ ਜੀ ਮੈਂ ਮੰਡੀ ਇਕਬਾਲ ਨਗਰ ਦੇ ਵਿੱਚ। ਇਹ ਤੁਸੀਂ ਦੇਖ ਸਕਦੇ ਮਾਸ਼ਾਅੱਲਾ ਅੱਜ ਝੋਟੀ ਬਹੁਤ ਆਈ ਹੋਈ ਆ ਮੰਡੀ ਇਕਬਾਲ ਨਗਰ ਦੇ ਵਿੱਚ, ਬਹੁਤ ਤਗੜੀ ਤਗੜੀ ਅਤੇ ਸੋਹਣੀ ਝੋਟੀ ਆ, ਇਹ ਤੁਸੀਂ ਦੇਖ ਸਕਦੇ ਹੋ। ਆਪਾਂ ਦੋਸਤਾਂ ਕੋਲ ਥੋੜ੍ਹੀ ਮਾਲੂਮਾਤ ਲੈ ਲੈਂਦੇ ਹਾਂ ਕਿ ਇਹਨਾਂ ਦੀਆਂ ਰੇਟ ਸ਼ੇਟ ਕੀ ਕਰਦੇ ਪਏ ਨੇ, ਪ੍ਰਾਈਜ਼ ਵਗੈਰਾ ਕੀ ਮੰਗਦੇ ਪਏ ਨੇ, ਇਹ ਦੇਖ ਸਕਦੇ ਹੋ। ਇੱਧਰ ਵੀ ਝੋਟੀਆਂ ਜੀ ਬੰਨ ਕੇ ਬੰਦੇ ਦੋਸਤ ਬੈਠੇ ਹੋਏ ਨੇ, ਵੇਖ ਦੇ ਸਕਦੇ ਹੋ। ਬਹੁਤ ਤਗੜੀਆਂ ਤਗੜੀਆਂ ਮਾਸ਼ਾਅੱਲਾ ਝੋਟੀਆਂ ਅਤੇ ਬਹੁਤ ਸੋਹਣੀਆਂ ਝੋਟੀਆਂ ਲੈ ਕੇ ਆਏ ਹੋਏ ਨੇ। ਇਹ ਭਾਈ ਹੁਣੀ ਸਾਡੇ ਕੋਲ ਫਿਰਦੇ ਪਏ ਨੇ, ਇਹਨਾਂ ਕੋਲ ਪੁੱਛ ਲੈਂਦੇ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ ਜਨਾਬ? ਕੀ ਮੰਗਦੇ ਪਏ ਝੋਟੀ ਦਾ? ਡੇਢ? ਭਾਈ ਹੁਣੀ ਕਹਿੰਦੇ ਅਸੀਂ ਤਾਂ ਡੇਢ ਮੰਗਦੇ ਪਏ। ਇਹਦੇ ਕੋਲ ਪਿਆਰ ਮੁਹੱਬਤ ਵੀ ਹੈਗਾ ਕਿ ਬਾੜਾ ਰੇਟ ਹੀ ਆ? ਕੋਈ ਨੰਬਰ ਸ਼ੰਬਰ ਹੈਗਾ ਆਪਣੇ ਕੋਲ? ਦੱਸੋ ਫਿਰ। 0317073782 ਨਾਮ ਕੀ ਤਾਂ ਲੱਗਾ ਕਿਹੜਾ ਆਪਣਾ? ਆਪਣਾ ਇਲਾਕਾ ਲੁੱਡਣ ਦਾ ਨਾਮ ਮੁਹੰਮਦ ਆਰਿਫ। ਅੱਛਾ, ਮੁਹੰਮਦ ਆਰਿਫ ਇਹਨਾਂ ਦਾ ਨਾਮ ਆ ਲੁੱਡਣ ਦੇ। ਕਹਿੰਦੇ ਅਸੀਂ ਰਹਿਸ਼ੀ ਆ, ਲੁੱਡਣ ਮੰਡੀ ਵੀ ਬਹੁਤ ਮਸ਼ਹੂਰ ਆ ਜਨਾਬ, ਪੰਜਾਬ ਲੈਵਲ ਤੇ ਬੜੀ ਮਸ਼ਹੂਰ ਮੰਡੀ ਆ ਜਨਾਬ। ਅੱਛਾ, ਹੋਰ ਵੀ ਦੋਸਤਾਂ ਕੋਲ ਪੁੱਛ ਲੈਂਦੇ ਹਾਂ। ਇੱਧਰ ਵੀ ਦੋਸਤ ਦੋ ਝੋਟੀਆਂ ਲੈ ਕੇ ਖੜੇ ਹੋਏ ਨੇ, ਇਹ ਚਾਰੇ ਤੁਹਾਡੀਆਂ ਵਾ? ਅੱਛਾ, ਇਹਨਾਂ ਦੀਆਂ ਕੀ ਰੇਟ ਸ਼ੇਟ ਆ? ਰੇਟਾਂ ਦੇ ਵਿੱਚ ਕੋਈ ਐਸੀ ਪਰੇਸ਼ਾਨੀ ਵਾਲੀ ਗੱਲ ਨੀ। ਇਹ ਝੂੜੀਆਂ ਤੁਹਾਡੀਆਂ ਜੀ? ਇਹ ਕੀ ਇਹਨਾਂ ਦੀਆਂ ਡਿਮਾਂਡਾਂ ਸ਼ਮਾਂਡਾ ਕਰਦੇ ਪਏ ਹੋ? ਮਾਸ਼ਾਅੱਲਾ, ਇਹ ਮਾਸ਼ਾਅੱਲਾ ਬਹੁਤ ਸੋਹਣੀ ਝੂੜੀ। ਇੱਕ ਮਿੰਟ ਜੀ, ਮੈਨੂੰ ਜਰਾ ਦਿਖਾ ਲੈਣ ਦਿਓ। ਤੇ ਇਹ ਬਹੁਤ ਹੀ ਸੋਹਣੀ ਝੋਟੀ ਆ ਮਾਸ਼ਾਅੱਲਾ, ਇੱਕ ਐਹ ਵਾ ਜਨਾਬ। ਇਹ ਭਾਈ ਹੁਣ ਇੱਧਰ ਹੀ ਕੜੇ, ਇਹਨਾਂ ਕੋਲ ਪੁੱਛ ਲੈਂਦੇ ਹਾਂ ਦੀ ਡਿਮਾਂਡ ਸ਼ਮਾਂਡ ਕੀ ਕਰਦੇ ਪਏ ਨੇ। ਹਾਂਜੀ, ਹੁਣ ਦੱਸੋ ਇਹਨਾਂ ਦੀ ਕੀ ਡਿਮਾਂਡਾਂ ਸ਼ਮਾਂਡਾ ਕਰਦੇ? ਪਹਿਲੀ ਇਹ 85 ਦੀ, ਇਹ ਜਿਹੜੀ 1.85, ਪਹਿਲੀ 2.20 ਦੀ। ਇਹਨਾਂ ਦੇ ਮੂੰਹਾਂ ਨੂੰ ਕੀ ਕੰਡੀਸ਼ਨ ਆ? 4 ਦੰਦ ਨੇ ਦੋਵੇਂ ਦੋਵੇਂ। ਹਾਂ, ਕੋਈ ਪਿਆਰ ਮੁਹੱਬਤ ਵੀ ਹੋ? ਪਿਆਰ ਮੁਹੱਬਤ ਹੈ, ਪਹਿਲੀ ਫਾਈਨਲ 1.95 ਦੀ। 1.95 ਦੀ ਇਹ ਜਿਹੜੀ ਇੱਧਰ ਖੜੀ ਆ, ਤੇ ਇਹ 1.70 ਦੀ। ਇਹ ਜਾਣੀ ਆਹ 1.95 ਦੀ ਫਾਈਨਲ ਭਾਈ ਹੁਣੀ ਕਹਿੰਦੇ ਨੇ, ਤੇ ਇਹ ਜਿਹੜੀ 1.70 ਦੀ। ਆਪਣਾ ਨੰਬਰ ਦੱਸੋ ਸਾਨੂੰ। 0359 ਹਾਂਜੀ 20 ਠੀਕ 66 ਠੀਕ 99 ਹਾਂ 8। ਨਾਮ ਕੀ ਹੈ ਤੁਹਾਡਾ? ਕਾਦਰ ਬਖਸ਼। ਕਿਹੜਾ ਇਲਾਕਾ ਆਪਣਾ? ਆਪਣਾ ਇਹ ਦੁਆ 37 ਚੱਕ 14 ਲਈ ਹੈ, 14 ਦੇ ਰਹਿਣ ਵਾਲੇ ਜਿਹੜੇ ਕਿ ਇਹ ਭਾਈ ਹੁਣੀ ਮੰਡੀ ਦੇ ਨਿਹਰਬਾਈ ਰਹਿਣ ਵਾਲੇ ਨੇ ਜਨਾਬ। ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਹ ਵੀ ਮਾਸ਼ਾਅੱਲਾ ਭਾਈ ਹੁਣੇ ਨਾ ਮੰਡੀ ਇਕਬਾਲ ਨਗਰ ਦੇ ਵਿੱਚ ਝੋਟੀਆਂ ਲੈ ਕੇ ਆਏ ਹੋਏ ਨੇ। ਇਹ ਤੁਹਾਨੂੰ ਝੋਟੀ ਦਿਖਾਉਂਦੇ ਪਹਿਲੇ ਥੋੜ੍ਹੀ ਨਜ਼ਦੀਕ ਕਰਕੇ ਕਿ ਇਹਦੀ ਕੀ ਕੰਡੀਸ਼ਨ ਆ, ਫਿਰ ਭਾਈ ਹੁਣੇ ਕੋ ਡਿਮਾਂਡ ਸ਼ਮਾਂਡ ਅਤੇ ਇਹਨਾਂ ਦਾ ਨਾਮ ਸਾਰੀ ਮਾਲੂਮਾਤ ਆਪਾਂ ਲੈ ਲੈਂਦੇ ਮਾਸ਼ਾਅੱਲਾ। ਇਹਨਾਂ ਦੇ ਥਣ ਵੀ ਝੋਟੀ ਦੇ ਵਾਹਵਾ ਨੇ, ਝੋਟੀ ਵੀ ਮਾਸ਼ਾਅੱਲਾ ਬਹੁਤ ਹੀ ਸੋਹਣੀ ਆ। ਇਹ ਭਾਈ ਹੁਣੀ ਇੱਧਰ ਖੜੇ ਨੇ ਜਨਾਬ, ਇਹ ਵੀ ਦੋ ਝੋਟੀਆਂ ਇਹਨਾਂ ਦੀਆਂ ਹੀ ਆ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ ਜਨਾਬ? ਇਹ ਕੀ ਡਿਮਾਂਡਾਂ ਸ਼ਮਾਂਡਾ ਕਰਦੇ ਪਏ ਹੋ? ਇਹਦਾ 2.5 ਲੱਖ ਕਰਦੇ ਆ ਜੀ। ਹੈ ਜੀ ਹਾਂਜੀ। ਤੇ ਫਾਈਨਲ? ਫਾਈਨਲ 2.20 ਦੇ। ਅੱਛਾ, 2.20 ਤੇ ਇਹਨਾਂ ਦੀ? ਇਹ ਜੋੜਾ ਜੀ 1.5 ਦਾ। 1.5 ਦਾ ਇਹਨਾਂ ਦਾ ਫਾਈਨਲ ਕੀ ਹੋ ਜੀ? ਇਹਨਾਂ ਦਾ ਫਾਈਨਲ ਜੀ 2.80। 2.80 ਨਹੀਂ 1.5 ਇਹਨਾਂ? ਇਹ 70 ਦੀ, ਇਹ 30 ਦੀ। ਅੱਛਾ, ਸਾਨੂੰ ਆਪਣਾ ਨੰਬਰ ਦੱਸ ਦੀ। 0346 ਹਾਂਜੀ 86 99 670। ਤੇ ਆਪਣਾ ਨਾਮ ਕੀ ਤੇ ਇਲਾਕਾ ਕਿਹੜਾ ਵਾ? ਆਸਰ ਮਹਿਮੂਦ ਕਸਾਈ। ਅੱਛਾ, ਮੀਆਂ ਚੰਨੂ? ਮੀਆਂ ਚੰਨੂ ਤੇ ਰਹਿਸ਼ੀ ਹੋ? ਹਾਂ। ਅੱਛਾ, ਇਹ ਭਾਈ ਹੁਣ ਮੀਆਂ ਚੰਨੂ ਤੇ ਰਹਿਸ਼ੀ ਨੇ ਜਨਾਬ, ਮਾਸ਼ਾਅੱਲਾ ਇਹਨਾਂ ਕੋਈ ਝੋਟੀਆਂ ਤੁਸੀਂ ਦੇਖ ਸਕਦੇ। ਭਾਈ ਹੁਣ ਕਹਿੰਦੇ
ਪਿਆਰ ਮੁਹੱਬਤੀ ਹੋ ਜੂ, ਆਪਾਂ ਨਾਮ ਨੰਬਰ ਇਹਨਾਂ ਦੀ ਸਾਰੀ ਮਾਲੂਮਾਤ ਲੈ ਲਈ ਆ, ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ ਜੀ। ਭਾਈ ਹੁਣੀ ਮੰਡੀ ਇਕਬਾਲ ਨਗਰ ਵਿੱਚ ਮਾਸ਼ਾਅੱਲਾ ਇੱਕ ਮੱਝ ਲੈ ਕੇ ਆਏ ਹੋਏ ਨੇ, ਬਹੁਤ ਹੀ ਖੂਬਸੂਰਤ ਮੱਝ ਮਾਸ਼ਾਅੱਲਾ ਜੀ। ਇਹ ਥਣ ਛਣ ਤੁਸੀਂ ਦੇਖ ਸਕਦੇ ਹੋ। ਇਹ ਭਾਈ ਹੁਣਿਆਂ ਕੋਲ ਪੁੱਛਦੇ ਆ ਕਿ ਇਹਦੀ ਡਿਮਾਂਡ ਸ਼ਮਾਂਡ ਕੀ ਕਰਦੇ ਪਏ ਨੇ ਮਾਸ਼ਾਅੱਲਾ। ਇਹ ਇਹਦੀ ਤੁਹਾਨੂੰ ਦੂਸਰੀ ਸਾਈਡ ਵੀ ਦਿਖਾ ਲਾਂ ਜਨਾਬ। ਇਹਦੀ ਦੂਸਰੀ ਸਾਈਡ ਆ, ਫਰੰਟ ਸਾਈਡ ਆ। ਹੁਣ ਭਾਈ ਹੁਣਿਆਂ ਨੂੰ ਪੁੱਛਦੇ ਆ ਇਹਦੀ ਪੁੱਛਦੇ ਡਿਮਾਂਡ ਕੀ ਕਰਦੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਨੇ? ਠੀਕ ਠਾਕ ਜੀ। ਕੀ ਡਿਮਾਂਡ ਕਰਦੇ ਇਹਦੀ? ਇਹ ਸਰ ਜੀ 1.5 ਲੱਖ ਰੁਪਇਆ। ਤੇ ਪਿਆਰ ਮੁਹੱਬਤੀ ਹੋ ਜੂ? 45,000 ਹੋ ਜਾਸੀ। ਸਾਨੂੰ ਨੰਬਰ ਦੱਸੋ ਆਪਣਾ। 0340 ਹਾਂਜੀ 16-13-109। ਰਹਿਸ਼ ਕਿੱਥੋਂ ਦੀ ਤੇ ਨਾਮ ਕੀ ਆ? 16-7R ਦੀ ਰਹਿਸ਼ ਜੀ। 16-7R ਜੀ। ਵਪਾਰੀ ਨੇ ਕਿਹਾ ਸੀ ਪਰੇਸ਼ਾਨੀ ਵਾਲੀ ਗੱਲ ਨੀ, ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹ ਬਾਖੜੀ ਨਹੀਂ ਆ ਜਨਾਬ, ਇਹਨਾਂ ਨਾਲ ਇਹ ਸੌਦਾ ਕਰ ਸਕਦਾ, ਫੋਨ ਕਰਕੇ ਰਾਬਤਾ ਕੀਤਾ ਜਾ ਸਕਦਾ ਜੀ। ਅੱਜ ਹੁਣ ਮੰਡੀ ਇਕਬਾਲ ਨਗਰ ਦੇ ਵਿੱਚ ਇੱਕ ਝੋਟੀ ਲੈ ਕੇ ਆਏ ਹੋਏ ਨੇ ਮਾਸ਼ਾਅੱਲਾ, ਜਿਹਨੂੰ ਆਪਾਂ ਬੂਰਾ ਰੰਗ ਕਹਿੰਦੇ ਹਾਂ। ਬਹੁਤ ਹੀ ਪਿਆਰੀ ਝੋਟੀ ਆ ਮਾਸ਼ਾਅੱਲਾ, ਤੁਸੀਂ ਇਹਦੀ ਬੈਕ ਸਾਈਡ ਦੇਖ ਸਕਦੇ ਹੋ ਤੇ ਥੋੜੇ ਜਿਹਾ ਘੁੰਮ ਕੇ ਵੇਖਦੇ ਆ ਦੀ ਫਰੰਟ ਸਾਈਡ ਵੀ। ਇਹਦਾ ਮੂੰਹ ਐ ਕਰੋ ਜਰਾ ਜੀ, ਇਹਦੀ ਫਰੰਟ ਸਾਈਡ ਆ ਜੀ ਮਾਸ਼ਾਅੱਲਾ, ਬਹੁਤ ਹੀ ਪਿਆਰੀ ਝੋਟੀ ਆ। ਤੇ ਚਾਚੇ ਹੁਣਾਂ ਕੋਲ ਪੁੱਛਦੇ ਆ ਇਹਦੀ ਡਿਮਾਂਡ ਸ਼ਮਾਂਡ ਕਰਦੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਜੀ। ਚਾਚਾ ਜੀ ਕੀ ਇਹਦੀ ਡਿਮਾਂਡ ਕਰਦੇ ਹੋ? ਇਹਦਾ 1.5 ਲੱਖ ਮੰਗਣੇ ਆ ਜੀ। 1.5 ਲੱਖ? ਹਾਂਜੀ। ਪਿਆਰ ਮੁਹੱਬਤੀ ਹੋ ਜੂਗਾ? ਹੋ ਜੀ ਅਸੀਂ ਪਿਆਰ ਮੁਹੱਬਤ। ਨੰਬਰ ਸ਼ਾਮ ਸਾਨੂੰ ਦੱਸ ਦਿਓ ਆਪਣਾ। ਨੰਬਰ 0348 ਹਾਂਜੀ 6435 ਹਾਂਜੀ 0446। ਅੱਛਾ ਰਹਿਸ਼ ਕਿੱਥੋਂ ਦੀ ਤੇ ਨਾਮ ਕੀ ਆ? 10-14 ਦੀ ਰਹਿਸ਼ ਹੈ ਜੀ। ਅੱਛਾ ਤੇ ਆਖਰਵਾਦ ਮੇਰੇ ਨਾਮ? ਅੱਛਾ ਚਾਚੇ ਹੁਣਾਂ ਦਾ ਨਾਮ ਹਾਕਨਵਾਦ ਆ, 10-14 ਇੱਥੇ ਨਾਲ ਹੀ ਨਜ਼ਦੀਕ ਆ, 2 ਕਿਲੋਮੀਟਰ ਪਿੰਡ ਆ ਜਨਾਬ। ਇਹ ਚਾਚੇ ਹੁਣ ਇੱਥੋਂ ਦੇ ਮੁਕਾਮੀ ਨੇ, ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਚਾਚੇ ਹੁਣਾਂ ਨਾਲ ਰਾਬਤਾ ਕਰ ਸਕਦੇ ਆ। ਮਾਸ਼ਾਅੱਲਾ ਝੋਟੀ ਬਹੁਤ ਹੀ ਪਿਆਰੀ ਆ, ਮੰਡੀ ਦਾ ਪਿਛਲਾ ਟਾਈਮ ਆ, ਪੋਸੀਬਲ ਆ ਸੇਲ ਹੋ ਜਾਵੇ, ਅਗਰ ਨਹੀਂ ਸੇਲ ਹੁੰਦੀ ਤੇ ਫਿਰ ਖਰੀਦੀ ਜਾ ਸਕਦੀ, ਸੇਲ ਹੋ ਗਈ ਤੇ ਫਿਰ ਅੱਲਾ ਦਾ ਹੁਕਮ ਜਨਾਬ, ਮਿਹਰਬਾਨੀ। ਮੰਡੀ ਇਕਬਾਲ ਨਗਰ ਦੇ ਵਿੱਚ ਮਾਸ਼ਾਅੱਲਾ ਕੱਟੇ ਲੈ ਕੇ ਆਏ ਹੋਏ ਨੇ ਤੇ ਇਹਨਾਂ ਕੋਲ ਆਪਾਂ ਇਹਦੀਆਂ ਡਿਮਾਂਡਾਂ ਸ਼ਮਾਂਡਾਂ ਪੁੱਛ ਲੈਂਦੇ ਹਾਂ ਕਿ ਡਿਮਾਂਡ ਸ਼ਮਾਂਡ ਇਹਨਾਂ ਦੀ ਕੀ ਕਰਦੇ ਪਏ ਨੇ ਮਾਸ਼ਾਅੱਲਾ, ਇਹ ਤੁਹਾਨੂੰ ਦਿਖਾ ਦਈਏ ਜਨਾਬ। ਇਹ ਕੱਟਾ ਜੋੜਾ ਇਹਨਾਂ ਕੋਲ ਤੇ ਜੋੜਾ ਉਹਨਾਂ ਕੋਲ, ਭਾਈ ਹੁਣਿਆਂ ਕੋਲ ਇਹਨਾਂ ਦੀ ਪੁੱਛ ਲੈਂਦੇ ਹਾਂ ਡਿਮਾਂਡ ਸ਼ਮਾਂਡ ਕੀ ਕਰਦੇ ਪਏ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਨੇ ਜਨਾਬ? ਠੀਕ ਠਾਕ ਜੀ। ਕੀ ਡਿਮਾਂਡ ਕਰਦੇ ਹੋ ਜੋੜੇ ਦੀ ਜਨਾਬ? ਜੋੜੇ ਦਾ 1.65 ਲੱਖ ਦਾ ਪਿਆ। 1,65,000 ਜੀ। ਪਿਆਰ ਮੁਹੱਬਤ ਵੀ ਹੋ ਜੂਗਾ? ਹੋ ਜਾਊਗੀ। ਕਿੰਨਾ ਕੁ ਪਿਆਰ ਮੁਹੱਬਤ ਹੋ ਜੂਗਾ? 45 ਦਾ ਦੇ ਦੇਵਾਂਗੇ ਫਾਈਨਲ। ਫਾਈਨਲ ਜੋੜਾ ਜੀ। ਜੀ। ਨੰਬਰ ਦੱਸੋ ਸਾਨੂੰ ਆਪਣਾ। 0345-87-98-23। ਨਾਮ ਕੀ ਹੈ? ਲਖ ਮੁਹੰਮਦ ਇਹਸਾਨ। 115-7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 
ਨੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਿਸੇ ਦੋਸਤ ਨੂੰ ਇਨਕੁਆਇਰ ਹੋਈ ਤੇਰਾ ਰਾਬਤਾ ਕੀਤਾ ਜਾ ਸਕਦਾ ਨੇ ਮਾਸ਼ਾਅੱਲਾ ਇਹ ਵੀ ਭਾਈ ਹੁਣੀ ਮੰਡੀ ਗੋਬਾਲ ਨਗਰ ਦੇ ਵਿੱਚ ਇੱਕ ਜੋੜਾ ਲੈ ਕੇ ਆਏ ਹੋਏ ਨੇ ਮਾਸ਼ਾਅੱਲਾ ਕੱਟਿਆਂ ਦੇ ਹੀ ਇਹਨਾਂ ਵੀ ਪੁੱਛ ਲੈਂਦੇ ਹਾਂ ਕਿ ਇਹਨਾਂ ਦੀ ਡਿਮਾਂਡ ਸ਼ਮਾਂਡ ਕੀ ਕਰਦੇ ਪਏ ਨੇ ਇਹ ਬੈਕ ਸਾਈਡ ਇਹਨਾਂ ਦੀ ਅਤੇ ਇਹ ਤੁਹਾਨੂੰ ਦਿਖਾਈ ਇਹਦੀ ਬੈਕ ਸਾਈਡ ਜਨਾਬ ਅਤੇ ਭਾਈ ਹੁਣੇ ਕੋਈ ਹੁਣ ਪੁੱਛਦੇ ਇਹਨਾਂ ਦੀ ਡਿਮਾਂਡ ਕੀ ਕਰਦੇ ਪਏ ਨੇ ਕੱਟੇ ਮਾਸ਼ਾਅੱਲਾ ਬਹੁਤ ਹੀ ਆਏ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਉੱਧਰ ਨੀਅਰ ਬਾਈ ਜਿੰਨੇ ਵੀ ਸਾਈਡ 'ਤੇ ਖੜ੍ਹੇ ਨੇ ਕੱਟੇ ਅਤੇ ਕੱਟੀਆਂ ਵਾ ਇਹਨਾਂ ਕੋਲ ਹੁਣ ਆਪਾਂ ਪੁੱਛ ਲੈਂਦੇ ਇਹਦੀ ਡਿਮਾਂਡ ਕੀ ਕਰਦੇ ਪਏ ਨੇ ਅਸਲਾਮ ਵਾਲੇਕੁਮ ਜੀ ਅਸਲਾਮ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਜੀ ਕੀ ਡਿਮਾਂਡ ਸ਼ਮਾਂਡ ਕਰਦੇ ਪਏ ਹੋ ਡਿਮਾਂਡ 1 ਕਰਦੇ ਮੈਂ 1 ਲੱਖ 30
ਪਿਆਰ ਮੁਹੱਬਤ ਹੀ ਹੋ ਜਾਊਗਾ। ਹਾਂਜੀ ਹੋ ਜਾਏਗਾ। ਨੰਬਰ ਵੀ ਦੱਸ ਦਿਓ ਸਾਨੂੰ ਤੇ ਨਾਮ ਵੀ ਦੱਸ ਦਿਓ। ਮੁਹੰਮਦ ਰੋਸ਼ਨ ਅਬਦੁੱਲ, ਨੰਬਰ 045-80-69-115। ਰਹਿਸ਼ ਕਿੱਥੋਂ ਦੀ ਆ? 115-7। ਅੱਛਾ, ਇਹ ਭਾਈ ਹੁਣਿਆਂ ਦੀ ਰਹਿਸ਼ 115-7 ਹੀ ਆ ਰਹਾ। 115-7 ਹੀ ਆ ਰਹੀ ਇੱਥੋਂ ਮੰਡੀ ਕਬਾਲ ਨਗਰ ਦੇ ਨੇਰ ਭਾਈ ਨੇ ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ। ਵਪਾਰੀ ਨੇ ਪ੍ਰਾਪਰ ਮੰਡੀ ਦਾ ਹੀ ਕੰਮ ਕਰਦੇ ਨੇ ਜਨਾਬ। ਇਹ ਭਾਈ ਹੁਣ ਮੰਡੀ ਕਬਾਲ ਨਗਰ ਦੇ ਵਿੱਚ ਇੱਕ ਕੱਟਾ ਤੇ ਇੱਕ ਕੱਟੀ ਜੋੜਾ ਲੈ ਕੇ ਆਏ ਹੋਏ ਨੇ ਜਨਾਬ। ਆਪਾਂ ਇਹਨਾਂ ਕੋਲ ਇਹਨਾਂ ਦੀਆਂ ਡਿਮਾਂਡਾਂ ਸ਼ਮਾਂਡਾਂ ਪੁੱਛਦੇ ਵੀ ਇਹਨਾਂ ਦੀ ਡਿਮਾਂਡ ਸ਼ਮਾਂਡ ਕੀ ਕਰਦੇ ਪੈਣੇ ਜਨਾਬ। ਮਾਸ਼ਾਅੱਲਾ ਜੋੜਾ ਹੀ ਇਹਨਾਂ ਕੋਲ ਸੋਹਣਾ, ਇੱਕ ਕੱਟਾ ਵਾ ਇੱਕ ਕੱਟੀ ਹੈ ਜਨਾਬ। ਇਹ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦਾ ਨਾਮ, ਨੰਬਰ, ਇਲਾਕਾ ਸਾਰੀ ਆਪਾਂ ਮਾਲੂਮਾਤ ਲੈ ਲੈਂਦੇ ਹਾਂ। ਇਹ ਅਸਲਾਮੁ ਅਲੈਕੁਮ ਜੀ। ਵਾਲੇਕੁਮ ਅਸਲਾਮ। ਹਾਂਜੀ ਭਾਅ ਜੀ ਕੀ ਹਾਲ ਆ? ਠੀਕ ਠਾਕ ਜੀ। ਕੀ ਡਿਮਾਂਡ ਸ਼ਮਾਂਡ ਕਰਦੇ ਹੋ ਕੱਟੇ ਦੀ ਤੇ ਕੀ ਕਰਦੇ ਹੋ ਕੱਟੀ ਦੀ? ਕੱਟੀ ਦੀ ਡਿਮਾਂਡ ਹੈ ਜੀ 140। 140 ਕੱਟੇ ਦੀ ਹੈ 85,000। ਪਿਆਰ ਮੁਹੱਬਤ ਵੀ ਹੈਗਾ? ਹੋ ਜਾਏਗਾ ਜੀ। ਆਪਣਾ ਇਲਾਕਾ ਕਿਹੜਾ ਵਾ? ਇਲਾਕਾ ਚੀਚਾ ਆਦਮੀ 110-12। ਨਾਮ? ਨਾਮ ਮੁਹੰਮਦ ਉਮਰ। ਅੱਛਾ ਹੁਣ ਨੰਬਰ ਦੱਸੋ ਸਾਨੂੰ। 0303। ਹਾਂਜੀ। 52-23। ਹਾਂਜੀ। 107। ਅੱਛਾ ਇਹ ਭਾਈ ਹੁਣ ਇਹਦਾ ਨਾਮ ਹੈਗਾ ਉਮਰ ਜੀ, ਇਹ 110-12 ਦੇ ਰਹਿਸ਼ੀ ਨੇ ਜਨਾਬ। ਮਾਸ਼ਾਅੱਲਾ ਇਹ ਹੈਗੀ ਕੱਟੀ ਜਨਾਬ, ਇਹ ਚ ਵੀ ਪਿਆਰ ਮੁਹੱਬਤ ਹੋ ਜੂਗਾ ਤੇ ਇਹ ਹੈਗਾ ਕੱਟਾ ਜਨਾਬ, ਇਹ ਚ ਵੀ ਪਿਆਰ ਮੁਹੱਬਤ ਹੋ ਜੂਗਾ। ਕੋਈ ਐਸੀ ਪਰੇਸ਼ਾਨੀ ਵਾਲੀ ਗੱਲ ਨੀ, ਵਪਾਰ ਦਾ ਹੀ ਭਾਈ ਹੁਣੀ ਕੰਮ ਕਰਦੇ ਨੇ, ਮੁਕਾਮੀ ਬੰਦੇ ਨੇ, ਕੋਈ ਐਸੀ ਪਰੇਸ਼ਾਨੀ ਵਾਲੀ ਗੱਲ। ਭਾਈ ਹੁਣੀ ਇੱਕ ਮੰਡੀ ਕਬਾਲ ਨਗਰ ਦੇ ਵਿੱਚ ਮੱਝ ਲੈ ਕੇ ਆਏ ਹੋਏ ਨੇ ਮਾਸ਼ਾਅੱਲਾ। ਇਹ ਤੇ ਝੋਟੀ ਟੈਪ ਆ ਜਨਾਬ ਮਾਸ਼ਾਅੱਲਾ, ਤੁਸੀਂ ਇਹਦੇ ਥਣ ਛਣ ਦੇਖ ਸਕਦੇ ਹੋ ਮਾਸ਼ਾਅੱਲਾ। ਥਣ ਤਾਂ ਠੀਕ ਹੀ ਲੱਗਦੇ ਆ, ਪੁੱਛ ਲੈਂਦੇ ਆ ਮਜ਼ੀਦ। ਇਹਦੀ ਬੈਕ ਸਾਈਡ ਜਨਾਬ ਕੋਈ ਤੁਹਾਨੂੰ ਫਰੰਟ ਸਾਈਡ ਦਿਖਾ ਦਿਆਂ ਜਰਾ, ਤੇ ਫਿਰ ਆਪਾਂ ਇਹਨਾਂ ਕੋਈ ਸਾਰੀ ਮਾਲੂਮਾਤ ਲੈ ਲੈਂਦੇ ਹਾਂ ਇਹਦੀ ਡਿਮਾਂਡ ਸ਼ਮਾਂਡ ਕੀ ਕਰਦੇ ਪੈਣ। ਅਸਲਾਮੁ ਅਲੈਕੁਮ ਜੀ। ਕੀ ਹਾਲ ਹੈ ਭਾਜੀ? ਅੱਲਾ ਸ਼ੁਕਰ। ਇਹਦੀ ਕੀ ਡਿਮਾਂਡ ਕਰਦੇ ਹੋ? 280 ਜੀ। 2,80,000। 80,000। ਪਿਆਰ ਮੁਹੱਬਤ ਵੀ ਹੈਗਾ ਅੱਜ? ਹੋ ਜਾਏਗਾ। ਸਾਨੂੰ ਨਾਮ ਵੀ ਤੇ ਇਲਾਕਾ ਵੀ ਤੇ ਨੰਬਰ ਵੀ ਦੱਸ ਦਿਓ ਜੀ। 126 ਨੰਬਰ 3। ਅੱਛਾ, 26 ਜਗਮੀਆ ਜਨਮੀਆ ਜਨਮ। ਅੱਛਾ, ਤੇ ਨਾਮ ਕੀ ਤੁਹਾਡਾ? ਫੁਰਕਾਨ ਜੀ। ਤੇ ਨੰਬਰ ਦੱਸ ਦਿਓ ਸਾਨੂੰ ਆਪਣਾ। 0340। ਹਾਂਜੀ। 77-74-027। ਇਹ ਭਾਈ ਹੁਣੀ ਹੈ ਕਿ ਮੰਡੀ ਕਬਾਲ ਨਗਰ ਦੇ ਵਿੱਚ ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹਨਾਂ ਕੋਲੋਂ ਫੋਨ ਕਰਕੇ ਖਰੀਦੀ ਜਾ ਸਕਦੀ ਹੈ ਜਨਾਬ। ਇਹ ਮਾਸ਼ਾਅੱਲਾ ਇਸ ਟਾਈਮ ਹੈਗਾ ਜੀ ਮੰਡੀ ਕਬਾਲ ਨਗਰ ਦੇ ਵਿੱਚ, ਮੰਡੀ ਤਕਰੀਬਨ ਖਤਮ ਹੋਣ ਤੇ ਨਜ਼ਦੀਕ ਹੀ ਹੈ ਜਨਾਬ, ਤੇ ਪੋਸੀਬਲ ਸੇਲ ਹੋ ਜਾਵੇ, ਫੋਨ ਕਰਕੇ ਤੇ ਰਾਬਤਾ ਕੀਤਾ ਜਾ ਸਕਦਾ ਜੀ।